ਤੁਸੀਂ ਦੇਖ ਰਹੇ ਹੋ ਸਹਿਜ ਨਿਊਜ਼ ਚੈਨਲ। ਨਵੀਆਂ ਅਤੇ ਤਾਜ਼ਾ ਖਬਰਾਂ ਲਈ ਸਬਸਕ੍ਰਾਈਬ ਕਰੋ। ਲਾਈਵ ਕਵਰੇਜ ਲਈ ਸੰਪਰਕ ਕਰੋ। ਦਰਬਾਰ ਬਾਬਾ ਗੁੱਗਾ ਜਾਹਰ ਜੀ ਸ਼ਿਕੰਡੀ ਪਿੰਡ ਅਪਰਾ ਜਲੰਧਰ ਵਿਖੇ ਸਾਲਾਨਾ ਜੋੜ ਮੇਲਾ ਬਾਬਾ ਸ਼ੇਖ ਨਸੀਰਾ ਜੀ ਦੇ ਦਰਬਾਰ ਤੇ ਕਰਵਾਇਆ ਗਿਆ। ਛਿੰਜ ਮੇਲੇ ਦੀ ਸ਼ੁਰੂਆਤ ਬਾਬਾ ਜੀ ਦੇ ਸਥਾਨ ਤੇ ਝੰਡਾ ਚੜ੍ਹਾਉਣ ਤੋਂ ਬਾਅਦ ਕੀਤੀ ਗਈ ਅਤੇ ਬਾਬਾ ਜੀ ਦੇ ਸਥਾਨ ਤੇ ਅਟੁੱਟ ਲੰਗਰ ਵਰਤਾਇਆ ਗਿਆ ਅਤੇ ਕਰੀਬ 4 ਵਜੇ ਪਟਕੇ ਦੀ ਪਰਿਕਰਮਾ ਅਪਰਾ ਦੇ ਮੇਨ ਬਾਜ਼ਾਰ 'ਚ ਕੀਤੀ ਗਈ ਅਤੇ ਫਿਰ ਕੁਸ਼ਤੀਆਂ ਦਾ ਦੰਗਲ ਸ਼ੁਰੂ ਹੋਇਆ, ਜਿਸ ਵਿੱਚ ਜ਼ਿਲ੍ਹਾ ਜਲੰਧਰ ਦੇ ਭਲਵਾਨਾਂ ਵੱਲੋਂ ਕੁਸ਼ਤੀਆਂ ਲੜੀਆਂ ਗਈਆਂ ਅਤੇ ਕੁਝ ਕੁਸ਼ਤੀਆਂ ਨੌਜਵਾਨ ਲੜਕੀਆਂ ਵਿਚਕਾਰ ਵੀ ਹੋਈਆਂ। ਲੜਕੀਆਂ ਦੀਆਂ ਕੁਸ਼ਤੀਆਂ ਵਿੱਚੋਂ ਕੁਲਦੀਪ ਸ਼ਾਹਕੋਟ ਅਤੇ ਪ੍ਰੀਤ ਜੇਤੂ ਰਹੀ ਅਤੇ ਫਿਰ ਸ਼ੁਰੂ ਹੋਈ ਪਟਕੇ ਦੀ ਕੁਸ਼ਤੀ, ਜਿਹੜੀ ਕਿ ਫਤਿਹ ਜਲੰਧਰ ਅਤੇ ਹੈਰੀ ਲੱਲੀਆਂ ਵਿਚਕਾਰ ਹੋਈ। ਇਸ ਕੁਸ਼ਤੀ ਵਿੱਚ ਹੈਰੀ ਲੱਲੀਆਂ ਜੇਤੂ ਰਿਹਾ। ਛਿੰਝ ਮੇਲੇ ਦੀ ਕਮੈਂਟਰੀ ਜਿੰਦਰ ਸਮਰਾੜੀ ਨੇ ਬਖੂਬੀ ਨਿਭਾਈ। ਇਸ ਮੌਕੇ ਦਰਬਾਰ ਬਾਬਾ ਸ਼ੇਖ ਨਸੀਰਾ ਦੇ ਮੁੱਖ ਸੇਵਾਦਾਰ ਕਿਸ਼ਨ ਲਾਲ ਜੀ, ਚੇਅਰਮੈਨ ਸੋਮਦਤ ਸੋਮੀ ਜੀ, ਪ੍ਰਧਾਨ ਸਤਨਾਮ ਸਿੰਘ ਜੀ, ਵਾਈਸ ਪ੍ਰਧਾਨ ਭਜਨ ਲਾਲ ਜੀ, ਕੈਸ਼ੀਅਰ ਕੁਲਵਿੰਦਰ ਕੁਮਾਰ ਕਿੰਦਾ ਜੀ, ਸੈਕਟਰੀ ਹਰਮੇਜ਼ ਲਾਲ ਕਾਲਾ ਜੀ, ਸੋਹਨ ਲਾਲ, ਸਰਪੰਚ ਸਰਦਾਰ ਗਿਆਨ ਸਿੰਘ, ਨੰਬਰਦਾਰ ਰਾਣਾ ਜੀ, ਸਿਕੰਦਰ ਗਿੱਲ, ਪੰਚ ਗੁਰਪਾਲ ਸਿੰਘ ਸਹੋਤਾ, ਗੁਰਪ੍ਰੀਤ ਕੌਰ, ਜ਼ਿਲ੍ਹਾ ਪਰਿਸ਼ਦ ਮੈਂਬਰ ਬਲਾਕ ਸੰਮਤੀ ਮੈਂਬਰ ਟੋਨੂ ਕਾਲੜਾ ਅਤੇ ਨਿਰਮਲ ਸਿੰਘ ਜੋਲ ਆਦਿ ਹਾਜ਼ਰ ਸਨ। ਬੂਟਾ ਸਿੰਘ ਢਿੰਸਾ, ਅਪਰਾ ਦੀ ਰਿਪੋਰਟ। ਕਿਹਾ ਹੈ ਇਹ ਸਾਰੇ ਲੰਗਰ ਨਿਵਾਸੀ ਔਰ ਐਨ ਆਈ ਵੀ ਔਰ ਗੁੱਗਾ ਜਾਹਰ ਵੀਰ ਮਹਾਰਾਜ ਜੀ ਦੇ ਜਿਹੜੇ ਪੈਰੋਕਾਰ ਔਰ ਜਿਹੜੀ ਇਹ ਕਮੇਟੀ ਜਿਹੜੀ ਇਸਦੀ ਆ ਸੁੰਨੂ ਗ੍ਰਾਮ ਪੰਚਾਇਤ ਦੀ ਮੇਨ ਸਦਕਾ ਇਹ ਜਿਹੜਾ ਛਿੰਝ ਮੇਲਾ ਇਹ ਨੇਪਰੇ ਚੜਿਆ ਹੈ। ਬਾਬਾ ਗੁੱਗਾ ਜਾਹਰ ਵੀਰ ਸਾਰਿਆਂ ਸਿਰ ਤੇ ਮੇਹਰ ਭਰੇ ਹੱਥ ਰੱਖੇ ਔਰ ਇਹਨਾਂ ਦੇ ਛਿੰਝ ਮੇਲੇ ਜਿਹੜੇ ਆ ਔਰ ਹਰੇਕ ਪਿੰਡ ਵਿੱਚ ਹੋਣੇ ਚਾਹੀਦੇ ਆ ਤਾਂ ਕਿ ਜਿਹੜੇ ਇਲਾਕੇ ਦੇ ਪੰਜਾਬ ਦੇ ਨੌਜਵਾਨ ਆ ਜਿਹੜੇ ਕਿ ਕੁਰਾਹੇ ਪਏ ਹੋਏ ਨਸ਼ਿਆਂ ਦੇ ਦਲਦਲ ਵਿੱਚ ਫਸੇ ਆ ਔਰ ਉਸ ਦਲਦਲ ਨੂੰ ਛੱਡ ਕੇ ਆਪਣੀ ਸਹੀ ਲੈਣ ਦੇ ਉੱਤੇ ਸਹੀ ਜ਼ਿੰਦਗੀ ਬਤੀਤ ਕਰਨ। ਮੈਂ ਸਾਰੇ ਨੌਜਵਾਨ ਵੀਰਾਂ ਨੂੰ ਬੇਨਤੀ ਕਰਦਾ ਹਾਂ ਕਿ ਕੋਈ ਵੀ ਕਿਰਾਏ ਨਾ ਜਾਓ, ਨਸ਼ਿਆਂ ਨੂੰ ਤਿਆਗ ਕੇ ਔਰ ਇਹਨਾਂ ਦੇ ਛਿੰਝ ਮੇਲਿਆਂ ਦੇ ਵਿੱਚ ਹਿੱਸਾ ਲਓ। ਇਹੀ ਤੁਹਾਡੀ ਜਿੱਤ ਹੈ। ਇਹੀ ਇਹ ਜਿਹੜਾ ਛਿੰਝ ਮੇਲਾ ਮਹਾਰਾਜ ਦੇ ਚਰਨਾਂ 'ਚ ਬੇਨਤੀ ਹੈ ਕਿ ਸਾਰੇ ਨਗਰ ਦੇ ਉੱਤੇ ਸੁੱਖ ਸ਼ਾਂਤੀ ਔਰ ਤਰੱਕੀ ਰੱਖੇ ਔਰ ਸਾਰਿਆਂ ਨੂੰ ਖੁਸ਼ਹਾਲੀ ਬਖਸ਼ਿਸ਼।